ਸਾਨੂੰ ਕਾਫੀ ਸਮੇਂ ਤੋਂ ਪੀਐਸ ਟੈਟ 2024 ਦੀ ਵੇਟ ਰਹੀ ਹੈ ਸੋ ਸਮਾਂ ਜੋ ਉਡੀਕ ਦਾ ਹੈ ਉਹ ਖਤਮ ਹੋ ਚੁੱਕਾ ਹੈ ਅੱਜ 16 10 2024 ਨੂੰ ਇਹ ਐਨਸੀਆਰਟੀ ਦੁਆਰਾ ਇਹ ਨੋਟਿਸ ਦੇ ਦਿੱਤਾ ਗਿਆ ਹੈ ਕਿ ਪੀਐਸ ਟੈਟ ਕੰਡਕਟ ਕੀਤਾ ਜਾਏਗਾ ਜਨ ਤੱਕ ਸੂਚਨਾ ਦਾ ਨੋਟਿਸ ਹੈ ਤੁਹਾਡੇ ਸਾਹਮਣੇ ਸਿਰਫ ਮੇਨ ਉਹ ਜਾਣਕਾਰੀ ਰੱਖ ਰਿਆ ਹਾਂ ਜਿਹੜੀ ਜਾਣਕਾਰੀ ਪੀਐਸ ਟੈਟ ਡਾਟ punjabschooleducationboard.ac.in ਤੇ ਪਈ ਹੋਈ ਹੈ ਨਾਰਮਲੀ ਜੇ ਨੈਟ ਤੇ ਇੰਟਰਨੈਟ ਤੇ ਤੁਸੀਂ ਚੈੱਕ ਕਰਦੇ ਹੋ ਤਾਂ ਜਾਣਕਾਰੀ ਕੁਝ ਪੁਰਾਣੀ ਹੈ ਮੈਂ ਇਹ ਨਹੀਂ ਕਹਿਣਾ ਕਿ ਉਹ ਜਾਣਕਾਰੀ ਨਹੀਂ ਦੇਖਣੀ ਲੇਕਿਨ ਵੈਲਿਡ ਥੋੜੀ ਜਾਣਕਾਰੀ ਤੁਹਾਨੂੰ ਡਿਸਟਰਬ ਕਰ ਸਕਦੀ ਹੈ 댓 ਇਜ਼ ਵਾਈ ਮੈਂ origignal ਡਾਕੂਮੈਂਟ ਸਾਹਮਣੇ ਰੱਖ ਕੇ ਇਹ ਸਭ ਕੁਝ ਦੱਸ ਰਿਹਾ ਹਾਂ ਸੋ ਇਸ ਨੋਟਿਸ ਵਿੱਚ ਤੁਹਾਡੇ ਜਾਣਨ ਲਈ ਕੁਝ ਨਹੀਂ ਹੈ ਸਿਰਫ 10 10 2024 ਨੂੰ ਨੋਟਿਸ ਇਹ ਦਿੱਤਾ ਗਿਆ ਹੈ ਲੇਕਿਨ ਜਿਹੜੇ 16 10 2024 ਤੋਂ 4 11 2024 ਸਮਾਂ uh, 10 ਵਜੇ ਤੱਕ ਤੁਹਾਡੇ ਜਿਹੜੇ ਫਾਰਮ ਫਿਲ ਹੋਣਗੇ ਔਰ 1 ਦਸੰਬਰ 2024 ਨੂੰ ਟੈਸਟ ਕੰਡਕਟ ਕੀਤਾ ਜਾਏਗਾ ਮੈਂ ਪਹਿਲਾਂ ਵੀ ਕਿਹਾ ਸੀ ਮਹੀਨਾ ਡੇਢ ਮਹੀਨਾ 2 ਮਹੀਨੇ ਦੇ ਵਿੱਚ ਵਿੱਚ ਇਹ ਕੰਡਕਟ ਕਰ ਲਿਆ ਜਾਂਦਾ ਹੈ ਸੋ ਇਸ ਤੋਂ ਇਲਾਵਾ ਨੈਕਸਟ ਜੋ ਪੀਐਸਟੈਟ ਦੀ ਵੈਬਸਾਈਟ ਤੇ ਦਿੱਤਾ ਗਿਆ ਹੈ ਉਹ ਕੀ ਡੇਟਸ ਦਿੱਤੀਆਂ ਗਈਆਂ ਹਨ ਕੀ ਡੇਟਸ ਦੇ ਵਿੱਚ ਡਿਸਕਸ ਹੋ ਗਿਆ ਹੈ ਅੱਜ 16/10/2024 ਹੈ ਆਨਲਾਈਨ ਫਾਰਮ ਅੱਜ ਤੋਂ ਸ਼ੁਰੂ ਨੇ ਆਨਲਾਈਨ ਫਾਰਮ ਕਿਸ ਤਰ੍ਹਾਂ ਭਰਨੇ ਨੇ ਵੱਖਰੇ ਤੌਰ ਤੇ ਵੀਡੀਓ ਉਸ ਦਾ ਜਾਰੀ ਕਰ ਦਿੱਤਾ ਜਾਏਗਾ ਆਨਲਾਈਨ ਰਜਿਸਟ੍ਰੇਸ਼ਨ ਸਮਾਪਤ ਹੋਣ ਦੀ ਡੇਟ ਹੈ 4/11/2024 ਸ਼ਾਮ 10 ਵਜੇ ਤੱਕ ਆਨਲਾਈਨ ਵੇਰਵਿਆਂ ਦੀ ਸੋਧ ਕਰਨ ਦੀ ਮਿਤੀ ਜੇ ਕੁਝ ਗਲਤੀ ਹੋ ਜਾਂਦੀ ਹੈ ਟੈਨਸ਼ਨ ਨਹੀਂ ਲੈਣੀ वैसे अ उते कोरेेक्ट ਕਰਨ ਲਈ ਤੁਹਾਨੂੰ 5 11 2024 ਤੋਂ ਲੈ ਕੇ 8 11 2024 ਤੱਕ ਟਾਈਮ ਦਿੱਤਾ ਜਾਏਗਾ ਫੋਰ ਐਗਜ਼ਾਮਪਲ ਤੁਸੀਂ ਆਪਣਾ ਨਾਮ ਜਾਂ एलिਜੀਬਿਲਟੀ ਮਾਰਕਸ ਕੁਝ ਗਲਤ ਪਰ ਦਿੰਦੇ ਹੋ ਮੈਂ ਕੁਝ ਇੱਕ ਵੀਡੀਓ ਵੱਖਰੇ ਤੌਰ ਤੇ ਜਾਰੀ ਕਰ ਦਾਂਗਾ ਜਿਹਦੇ ਵਿੱਚ ਮੇਜਰ ਗਲਤੀਆਂ ਜਿਹੜੀਆਂ ਹੁੰਦੀਆਂ ਹਨ ਉਹ ਉਹ ਦੱਸ ਦਿੱਤੇ ਜਾਣੀਆਂ ਕਿ ਉਹ ਗਲਤੀਆਂ ਦੀ ਟੈਨਸ਼ਨ ਥੋੜੀ ਜੀ ਲੈਣੀ ਹੈ ਕਿਉਂਕਿ ਕਰੈਕਸ਼ਨ ਲਈ ਟਾਈਮ ਦੇਏਗਾ ਇਸ ਲਈ ਇਸ ਦੇ ਵੀ ਨੇ ਇਸਦੀ ਵੀ ਉਹ ਜ਼ਰੂਰੀ ਨਹੀਂ ਹੈ ਕਿ ਟੈਨਸ਼ਨ ਲੈਣੀ ਹੈ ਸੋ ਧਿਆਨ ਰੱਖਣਾ ਹੈ ਸਿਰਫ ਰੋਨ ਨੰਬਰ ਜਾਰੀ ਕੀਤੇ ਜਾਣਗੇ 18 11 2024 ਨੂੰ बार-बार ਤੁਸੀਂ ਪੁੱਛੋਗੇ ਤੇ ਦੱਸ ਦਿੱਤਾ ਗਿਆ ਹੈ ਪ੍ਰੀਖਿਆ ਦੀ ਡੇਟ 1 ਦਸੰਬਰ 2024 ਤੇ ਨਤੀਜਾ 1 ਮਹੀਨੇ ਬਾਅਦ ਲਗਭਗ ਦੱਸ ਦਿੱਤਾ ਜਾਏਗਾ ਫੀਸ ਸਟ੍ਰਕਚਰ ਹੈ ਜਨਰਲ ਕੈਟਾਗਰੀ ਲਈ ਪੰਜਾਬ ਦੇ ਜਨਰਲ ਤੇ OBC ਅਦਰ ਬੈਕਵਰਡ ਕਲਾਸਸਿਸ ਲਈ ਓਨਲੀ ਫਾਰ ਪੰਜਾਬ ਹੈ 1000 ਰੁਪਿਆ ਪੇਪਰ 1 ਪੇਪਰ 1 ਨੂੰ ਜਾਨਣਾ ਹੈ ਤੇ ਜਿਨ੍ਹਾਂ ਨੇ ETT ਜਾਂ DLD ਕੀਤੀ ਹੋਈ ਹੈ ਹੁਣ ਇੱਥੇ ਬੋਥ ਪੇਪਰਸ ਲਿਖਿਆ ਹੋਇਆ ਹੈ ਇਸ ਦੀ ਥੋੜੀ ਜਿਹੀ ਕਨਫਿਊਜ਼ਨ ਹੋਏਗੀ ਪਹਿਲਾਂ ਇਹ ਸਮਝ ਲਓ ਕਿ ਜਿਨ੍ਹਾਂ ਨੇ ਸਿਰਫ ਈਟੀਟੀ ਕੀਤੀ ਹੈ ਉਹ ਸਿਰਫ ਪੇਪਰ 1 ਹੀ ਪੜਨਗੇ ਔਰ ਜੇ ਜਨਰਲ ਤੇ OBC ਕੈਟਾਗਰੀ ਹੈ 1000 ਰੁਪਿਆ ਔਰ ਜੇ ਪੇਪਰ ਬੀਐਡ ਜਿਨ੍ਹਾਂ ਨੇ ਕੀਤੀ ਹੈ ਬੇਸ਼ੱਕ ਉਹ ਬੀਐਡ ਇੰਟੀਗ੍ਰੇਟਿਡ ਹੈ ਬੀਐਸਸੀ ਬੀਐਡ ਹੈ ਬੀਏ ਬੀਐਡ ਹੈ ਬੀਕਮ ਬੀਐਡ ਹੈ 2 ਸਾਲ ਵਾਲੀ ਬੀਐਡ ਹੈ ਪੁਰਾਣੀ 1 ਸਾਲ ਵਾਲੀ ਬੀਐਡ ਕੀਤੀ ਹੋਈ ਹੈ ਜਾਂ ਕੋਈ ਹੋਰ ਟੀਚਰ ਐਜੂਕੇਸ਼ਨ ਦਾ ਗ੍ਰੈਜੂਏਸ਼ਨ ਲੈਵਲ ਦਾ ਜਿਹੜਾ ਪ੍ਰੋਗਰਾਮ ਹੈ ਜਾਂ ਕੋਰਸ ਹੈ ਉਹ ਤੁਸੀਂ ਜੁਆਇਨ ਕੀਤਾ ਹੋਇਆ ਹੈ ਅਪੀਅਰਿੰਗ ਇਸ ਦੀ ਗੱਲ ਵੀ ਅੱਗੇ ਜਾ ਕੇ ਕਰਦੇ ਹਾਂ ਹਾਂ ਜਿਨ੍ਹਾਂ ਨੇ ਜਨਰਲ ਕੈਟਾਗਰੀ OBC ਓਨਲੀ ਪੰਜਾਬ ਹੈ ਦੋਨੋਂ ਪੇਪਰ ਭਰਨੇ ਨੇ ਦੋਨੋਂ ਪੇਪਰ ਦੀ ਸਿੰਪਲ ਦੋ ਲੌਜੀਕ ਨੇ ਇਸ ਦੇ ਪਿੱਛੇ ਜਾਣ ਲੈਣਾ ਜ਼ਰੂਰੀ ਹੈ ਇੱਕ ਤਾਂ ਇਹ ਕਿ ਤੁਸੀਂ BEd ਕੀਤੀ ਹੈ ਉਸ ਤੋਂ ਬਾਅਦ ETT ਜਾਂ DLEd ਵੀ ਕੀਤੀ ਹੈ ਤੁਸੀਂ ਦੋਨੋਂ ਭਰ ਸਕਦੇ ਹੋ ਦੂਸਰਾ ਹੈ ਕਿ ਪਿੱਛੇ ਜੇ ਇੱਕ ਕੇਸ ਰਾਜਸਥਾਨ ਦਾ ਤੇ ਸੈਂਟਰ ਗਵਰਨਮੈਂਟ ਦਾ ਸੁਪਰੀਮ ਕੋਰਟ ਦਾ ਇਹ ETT ਵਾਲਿਆਂ ਨੇ ਹਨ ਇਹਨਾਂ ਦਾ ਕੇਸ ਹੋਇਆ ਸੀ ਕਿ ETT ਦੀ ਜੌਬ ਲਈ ਸਿਰਫ ETT ਵਾਲੇ ਅਪਲਾਈ ਕਰ ਸਕਦੇ B.Ed ਵਾਲੇ ਨਹੀਂ ਅਪਲਾਈ ਕਰ ਸਕਦੇ ਪਰ ਮੈਂ ਦੱਸ ਦਿਆਂ ਇਹ ਲੰਬੀ ਚੌੜੀ ਗੱਲ ਨਹੀਂ ਕਰਾਂਗਾ ਜੇਕਰ ਕੋਈ ਸਟੇਟ ਅਲਾਉ ਕਰਦੀ ਹੈ ਉਥੇ ETT ਵਾਲੇ ਸ਼ਖਸ एलिਜੀਬਲ ਪੀਐਸਟ ਵਾਲੇ ਘਟ ਮਿਲਦੇ ਹਨ ਤਾਂ ਕੋਈ ਸਟੇਟ ਆਪਣੇ ਪਦਰਤੇ ਅਲਾਉ ਕਰ ਸਕਦੀ ਹੈ ਕਿ B.Ed ਕੈਂਡੀਡੇਟ ਪਾਰਟਿਸਿਪੇਟ ਕਰ ਸਕਦੇ ਹਨ ਅਜਿਹੀ ਕੰਡੀਸ਼ਨ ਚ ਜੇ ਪੰਜਾਬ ਗਵਰਨਮੈਂਟ ਅਲਾਓ ਕਰਦੀ ਹੈ ਤਾਂ ਬੀਅਰਡ ਵਾਲੇ ਈਟੀਟੀ ਦੀਆਂ ਪੋਸਟਾਂ ਲਈ ਉਦੋਂ ਕੰਪੀਟ ਕਰ ਸਕਣਗੇ ਲੇਕਿਨ ਉਹ ਉਸ ਕੰਡੀਸ਼ਨ ਵਿੱਚ ਕਿਉਂਕਿ ਹਜੇ ਕੰਡੀਸ਼ਨ ਹਜੇ ਗਵਰਨਮੈਂਟ ਨੇ ਜਿਹੜਾ ਕੋਈ ਹਜੇ ਪੋਸਟਾਂ ਨਹੀਂ ਆਈਆਂ ਹੈ ਨਾ ਇੱਕਦਾਂ ਹੁੰਦਾ ਹੈ ਜਦੋਂ ਈਟੀਟੀ ਦੇ ਲਈ ਐਲੀਜੀਬਲ ਕੈਂਡੀਡੇਟ ਘੱਟ ਹੋਣ ਔਰ ਪੋਸਟਾਂ ਜ਼ਿਆਦਾ ਹਨ ਪਰ ਅਜਿਹੀ ਕੰਡੀਸ਼ਨ ਹੋ ਸਕਦੀ ਹੈ ਨਹੀਂ ਹੋ ਸਕਦੀ ਸਿਚੁਏਸ਼ਨ ਦੱਸੇਗੀ ਹਾਂ ਬੀਐਡ ਨਾਲੋਂ ਈਟੀਟੀ ਦੇ ਕੈਂਟਰੀ ਡੇਟ ਹਮੇਸ਼ਾ ਹੀ ਘੱਟ ਐਲੀਜੀਬਲ ਹੁੰਦੇ ਨੇ ਇਹ ਇਹ ਪੱਕੀ ਗੱਲ ਹੈ ਸੋ ਅਜਿਹੀ ਕੰਡੀਸ਼ਨ ਨੂੰ ਇਹ ਇਹ ਫਿਊਚਰ ਨੂੰ ਦੇਖਦੇ ਹੋਏ ਤੁਸੀਂ 2000 ਰੁਪਏ ਵਾਲੇ ਦੋਨੋਂ ਪੇਪਰ ਵੀ ਭਰ ਸਕਦੇ ਹੋ ਬੀਐਡ ਵਾਲੇ ਪਰ ਜ਼ਿਆਦਾ ਪ੍ਰੈਫਰ ਕਰੋ ਕਿ ਤੁਸੀਂ ਪੇਪਰ 2 ਹੀ ਕਰੋ ਜੇ ਤੁਹਾਡੀ ਕੈਟਾਗਰੀ ਐਸਸੀ ਸ਼ਡਿਊਲਡ ਕਾਸ ਸ਼ਡਿਊਲਡ ਟ੍ਰਾਈਬ ਡਿਫਰੈਂਟਲੀ ਏਬਲਡ ਸਿਰਫ ਇਹ ਰਿਜ਼ਰਵ ਕੈਟਾਗਰੀ ਪੰਜਾਬ ਦੀਆਂ ਹਨ ਯਾਦ ਰੱਖਣਾ ਹੈ ਕਿ ਰਿਜ਼ਰਵੇਸ਼ਨ ਜਿਹੜੀ ਸਟੇਟ ਦੀਆਂ ਜਦੋਂ ਵੀ ਕੋਈ ਪੋਸਟ ਜਾਂ ਜੋ ਇਸ ਤਰ੍ਹਾਂ ਦੇ ਐਗਜ਼ਾਮ ਹੁੰਦੇ ਨੇ ਨਾਰਮਲੀ ਸਟੇਟ ਦੂਸਰੀ ਸਟੇਟ ਦੀ ਨੂੰ ਰਿਜ਼ਰਵੇਸ਼ਨ ਨਹੀਂ ਦਿੰਦੀ ਆਪਣੀ ਸਟੇਟ ਨੂੰ ਰਿਜ਼ਰਵੇਸ਼ਨ ਦਿੰਦੀ ਹੈ ਸੋ ਹਾਫ ਫੀਸ ਹੋਏਗੀ 500 ਰੁਪਿਆ ਦੇ ਪੇਪਰ 2 ਵੀ 500 ਹੈ ਤੋਂ ਦੋਨੋਂ ਪਰਦੇ ਆ ਤੇ ਇਹ 1000 ਐਕਸ ਸਰਵਿਸਮੈਨ ਜੇ ਖੁਦ ਹੈ ਓਨਲੀ ਫਾਰ ਪੰਜਾਬ ਉਹਨਾਂ ਦੀ ਕੋਈ ਫੀਸ ਨਹੀਂ ਹੋਏਗੀ ਅਦਰ ਸਟੇਟ ਦੇ ਕੈਂਡੀਡੇਟ ਵੀ ਪੀਐਸਟੈਟ ਦੇ ਸਕਦੇ ਨੇ ਸਾਰੀਆਂ ਕੈਟਾਗਰੀ ਲਈ 1000 ਰੁਪਿਆ ਫੀਸ ਹੋਏਗੀ ਪੇਪਰ 1 ਦੀ ਪੇਪਰ 2 ਦੀ ਉਹ ਦੋ 2000 ਜਿਹੜੀ ਹੈ ਦੋਨਾਂ ਪੇਪਰ ਲਈ ਇਫ ਡਿਪੈਂਡੈਂਟ ਐਕਸ ਸਰਵਿਸਮੈਨ ਦੈਨ ਫੀਸ਼ਲ ਪੇ ਐਸ ਪਰ ਕੈਟਾਗਰੀ ਲਿਸਟ ਅਬਵ ਹਨ ਜਿਹੜੀਆਂ ਕੈਟਾਗਰੀ ਦਿੱਤੀਆਂ ਗਈਆਂ ਹਨ ਐਕ ਸਰਵਿਸਮੈਨ ਡਿਪੈਂਡੈਂਟ ਨੂੰ ਉਹਦੇ ਵਿੱਚ ਆਉਣਾ ਪਏਗਾ ਫੋਰ ਏਗਜ਼ਾਮਪਲ ਐਕ ਸਰਵਿਸਮੈਨ ਡਿਪੈਂਡੈਂਟ ਹੈ ਉਹ ਜੀ ओबीसी ਕੈਟਾਗਰੀ ਚ ਹੈ ਤੇ ਉਹਨੂੰ ਇਹੀ ਫੀਸ ਦੇਣੀ ਪਏਗੀ ਜੇ ਐਸਸੀ ਨੇ ਐਸਟੀ ਨੇ ਡਿਫਰੈਂਟਲੀ ਐਬਲ ਹੈ ਉਹਨਾਂ ਨੂੰ 500 ਦੇਣੀ ਪਏਗੀ ਸੋ ਗਾਈਡਲਾਈਨਸ ਅੱਗੇ ਮੇਨ ਨੇ ਅਗਲਾ ਫੋਲਡਰ ਹੈ ਜਿਹੜਾ ਪੀਐਸਟੈਟ ਜਿਹੜੀ ਵੈਬਸਾਈਟ ਹੈ ਉਸ ਤੇ ਦਿੱਤਾ ਗਿਆ ਹੈ ਇਸ ਨੂੰ ਦੇਖ ਲੈਣੇ ਹਨ ਇਹ ਇੰਪੋਰਟੈਂਟ ਗੱਲਾਂ ਇਹਦੇ ਵਿੱਚ ਹਨ ਪਹਿਲੀ ਤਾਂ ਹੈ ਕਿ ਕੋਈ ਵੀ ਇੰਡੀਆ ਦਾ ਰੈਜ਼ੀਡੈਂਟ ਇਹਦੇ ਵਿੱਚ ਅਪੀਅਰ ਹੋ ਸਕਦਾ ਹੈ ਪੀਐਸਟੈਟ ਵਿੱਚ ਦੂਸਰਾ ਹੈ ਫੋਲੋਇੰਗ ਪਰਸਨ ਐ एलिਜੀਬਲ ਫਾਰ ਅਪੀਅਰਿੰਗ ਇਨ ਦ ਫੋਲੋਇੰਗ ਪਰਸਨ ਸ਼ਲ ਬੀ ਹੈਨਾ ਕਿਹੜਾ ਨੰਬਰ 1 ਪਰਸਨ ਹੂ ਐਕਵਾਇਰਡ ਅਕੈਡੈਮਿਕ ਐਂਡ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਸਪੈਸੀਫਾਈਡ ਐਨਸੀਟੀ ਨੋਟੀਫਿਕੇਸ਼ਨ ਇਹ ਮੈਂ ਗੱਲਾਂ ਪਿੱਛੇ ਦੱਸਦੀਆਂ ਹਨ ਕਿ ਹਰ ਕਿਸੇ ਵੀ ਤਰ੍ਹਾਂ ਦਾ ਟੀਚਰ ਟ੍ਰੇਨਿੰਗ ਕੋਰਸ ਸੁਪਰੀਮ ਕੋਰਟ ਦਾ ਨੋਟਿਸ ਅੱਗੇ ਜਾ ਕੇ ਦਿਖਾਉਣਾ ਹੈ ਕਿ ਤੁਸੀਂ ਜਿਹੜੇ ਬੀਐਡ ਸੈਮ 1 ਵਾਲੇ ਹੈ ਉਹ ਵੀ ਇਹ ਇਸ ਵਿੱਚ ਅਪੀਅਰ ਹੋ ਸਕਦੇ ਨੇ ਡੀਐਲਐਡ ਸैम ਵਾਲੇ ਵੀ ਅਪੀਅਰ ਹੋ ਸਕਦੇ ਨੇ ਈਵਨ ਅੱਜ ਹੀ ਐਡਮਿਸ਼ਨ ਹੋਈ ਹੈ ਤੁਸੀਂ ਅਪੀਅਰ ਹੋ ਸਕਦੇ ਹੋ ਔਰ ਅਪੀਅਰ ਹੋਣਾ ਚਾਹੀਦਾ ਹੈ ਮੈਂ ਅੱਗੇ ਜਾ ਕੇ ਦੱਸਾਂਗਾ ਅ ਪਰਸਨ ਹੂ ਪਰਸੂਇੰਗ ਐਨੀ ਟੀਚਰ ਐਜੂਕੇਸ਼ਨ ਕੋਰਸ ਰਿਕਗਨਾਈਜ਼ਡ ਬਾਈ ਐਨਸੀਟੀਈ ਮੇਰੇ ਖਿਆਲ ਚ ਇਹ ਗੱਲ ਉਹ ਵਾਲੀ ਹੋ ਚੁੱਕੀ ਹੈ ਟੀਈਟੀ ਪੇਪਰ ਇਜ਼ ਟੇਕਨ ਬਾਈ ਡਿਪਾਰਟਮੈਂਟ ਐਸ ਪਰ ਡਾਇਰੈਕਸ਼ਨ ਆਫ ਗਾਈਡ ਐਨਸੀਟੀ ਹੀ ਫਾਲੋਇੰਗ ਨਿਊ ਸਬਜੈਕਟ ਪੰਜਾਬ ਦੇ ਵਿੱਚ ਜਿਹੜੇ ਨੇ ਸੀਟੈਟ ਜਦੋਂ ਹੁੰਦਾ ਹੈ ਉਦੋਂ ਸਿਰਫ ਦੋ ਸਟਰੀਮ ਦੇ ਜਾਂਦੀ ਹੈ ਹਨ ਇੱਕ ਸੋਸ਼ਲ ਸਾਇੰਸ ਦੀ ਦੂਸਰੀ ਮੈਥ ਸਾਇੰਸ ਦੀ ਹੈ ਨਾ Uh, 60 ਕੁਐਸਚਨ ਉਹਦੇ ਆਉਂਦੇ ਨੇ ਸੋ ਜੇ ਇੱਥੇ ਪੰਜਾਬ ਸਟੇਟ ਨੇ ਵੱਖਰਾ ਕੀਤਾ ਹੈ ਕਿ ਜੇ ਤੁਹਾਨੂੰ ਆਰਟ ਐਂਡ ਕਰਾਫਟ ਦੇ ਟੀਚਰ ਲੱਗਣਾ ਹੈ ਤਾਂ ਤੁਹਾਨੂੰ 60 ਕੁਐਸਚਨ ਜਿਹੜੇ ਨੇ ਆਰਟ ਐਂਡ ਕਰਾਫਟ ਵਾਲੇ ਪੁੱਛੇ ਜਾਣਗੇ ਇਹ ਤੁਸੀਂ ਆਪਟ ਕਰਨਾ ਹੈ ਜੇ ਫਿਜ਼ੀਕਲ ਐਜੂਕੇਸ਼ਨ ਦੇ ਹੋ ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦਾ ਹੋਏਗਾ ਹੋਮ ਸਾਇੰਸ ਦੇ ਹੋ ਤਾਂ ਹੋਮ ਸਾਇੰਸ ਦਾ ਹੋਏਗਾ 60 ਕੁਐਸਚਨ ਇਹ ਤੁਸੀਂ ਆਪਟ ਕਰਨਾ ਹੈ ਜਦੋਂ ਫਾਰਮ ਫਿਲ ਕਰਨਾ ਹੈ ਆਪਣਾ ਤੁਹਾਨੂੰ ਕਮਰਸ ਜਾਂ ਦੂਜੀ ਕੈਟਾਗਰੀ ਨੂੰ ਜਿਹੜਾ ਨੂੰ ਪ੍ਰੋਬਲਮ ਆਉਂਦੀ ਹੈ ਬੀਟੈਕ ਹੈ ਕਮਰਸ ਹੈ ਆ ਜੇ ਬੀਬੀਏ ਹੈ ਉਹਨਾਂ ਨੇ ਇਹ ਦੇਖਣਾ ਹੈ ਕਿ ਜੇ ਉਹਨਾਂ ਦਾ ਦੂਜਾ ਸਬਜੈਕਟ ਇੰਗਲਿਸ਼ ਹੈ টিਜੀਟੀ ਲਈ ਇੰਗਲਿਸ਼ ਲਈ ਐਲੀਜੀਬਲ ਪੰਜੰਦੇ ਨਾ ਹੋ ਤੇ ਉਹ ਕੁਐਸਚਨ ਬੜੇ ਪੁੱਛਦੇ ਨੇ ਉਹਨਾਂ ਲਈ ਇਹ ਦੱਸ ਰਿਹਾ ਹਾਂ ਅ ਫਿਰ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਕਿਹੜੇ ਕੁਐਸਚਨ 60 ਬੈਟਰ ਕਰ ਸਕਦੇ ਹੋ ਮੀਨ ਤੁਸੀਂ ਸੋਸ਼ਲ ਸਾਇੰਸ ਨਾਰਮਲੀ ਆਪਟ ਕਰਨੀ ਚਾਹੀਦੀ ਹੈ ਬੀਕੋਮ ਵਾਲਿਆਂ ਨੂੰ ਬੀਬੀਏ ਜਾਂ ਦੂਸਰੇ ਸਾਇੰਸ ਵਾਲੇ ਉਹ ਵੱਖਰੇ ਤੌਰ ਤੇ ਤੁਸੀਂ ਕੁਐਸਚਨ ਪੁੱਛ ਲਿਓ ਆਨਲਾਈਨ ਕਲਾਸ ਲਾ ਲਾਂਗੇ ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਉਰਦੂ ਦੇ ਬੱਚੇ ਘੱਟ ਨੇ ਲੇਕਿਨ ਉਰਦੂ ਦੇ ਉਰਦੁਲੀ ਹੋਏਗਾ ਪੰਜਾਬੀ ਜਾਂ ਹਿੰਦੀ ਜਾਂ ਇੰਗਲਿਸ਼ ਲਈ ਕੋਈ ਅਜਿਹੀ ਕੈਟਾਗਰੀ ਨਹੀਂ ਹੈ ਤੁਸੀਂ ਸੋਸ਼ਲ ਸਾਇੰਸ ਦਾ ਪਾਸ ਕੀਤਾ ਹੈ ਤਾਂ ਦਾ ਦੂਜਾ ਸਬਜੈਕਟ ਪੰਜਾਬੀ ਹੈ ਜਾਂ ਇੰਗਲਿਸ਼ ਹੈ ਤੁਸੀਂ ਜੌਬ ਲਈ एलिजिबल ਹੋ আচ্ছা 뮤זיক টিচার ਲਈ 뮤זיক ਤੁਸੀਂ অপਟ ਕਰੋਗੇ 60 ਕੁਐਸਚਨ ਉਹਦੇ ਆਉਣਗੇ ফর ਸੰਸਕ੍ਰਿਤ ਦੇ ਸੰਸਕ੍ਰਿਤ ਦੇ ਆਉਣਗੇ ਹੈਨਾ ফর ਐਨੀ ਅਦਰ টিচার ਆਈਦਰ ਸੋਸ਼ਲ ਸਾਇੰਸ অর ਮੈਥ ਹੈਨਾ ਜਿਹੜੇ ਬਾਕੀ ਬਚਦੇ ਨੇ ਸਟਰੀਮ ਵਾਲੇ ਜਿਨ੍ਹਾਂ ਹਿਸਟਰੀ ਇਕਨੋਮਿਕਸ ਪੋਲੀਟੀਕਲ ਸਾਇੰਸ ਇਹਨਾਂ ਨੇ ਪੜ੍ਹੀਓ ਸੋਸ਼ਲ ਸਾਇੰਸ ਵਿੱਚ ਜਾਣਗੇ ਔਰ ਜਿਨ੍ਹਾਂ ਨੇ ਬੀਐਸਸੀ ਕੀਤੀ ਹੋਈ ਹੈ ਨਾਰਮਲੀ ਉਹ ਮੈਥ ਸਾਇੰਸ ਵਿੱਚ ਜਾਣਗੇ ਹੁਣ ਦੂਸਰਾ ਇੱਕ ਪੰਗਾ ਪੈਂਦਾ ਹੈ ਕਿ ਜਿਨ੍ਹਾਂ ਨੇ ਜਿਹੜੀ ਹੈ ਮੈਂ ਥ ਇਕਨੋਮਿਕਸ ਆਰਟਸ ਵਿੱਚ ਪੜਿਆ ਹੁੰਦਾ ਉਹ ਕਿੱਦਾਂ ਜਾਣ ਉਹਨਾਂ ਨੇ ਖੁਦ ਸੋਚਣਾ ਹੈ ਕਿ ਉਹ 60 ਕੁਐਸਚਨ ਕਿਹੜੇ ਬੈਟਰ ਕਰ ਸਕਦੇ ਨੇ ਜੇ ਫਾਰ ਇਗਜ਼ਾਮਪਲ ਇਕਨੋਮਿਕਸ ਦੇ ਕੋਈ ਕੁਐਸਚਨ ਵਿੱਚ ਨਹੀਂ ਆਂਦਾ ਪੀਐਸਟੈਟ ਦਾ ਹਿਸਟਰੀ ਪੋਲੀਟੀਕਲ ਸਾਇੰਸ ਤੇ ਜੀਓਗ੍ਰਾਫੀ ਦਾ ਆਂਦਾ ਹੈ ਇਸ ਲਈ ਜੇ ਉਹ 45 ਕੁਐਸਚਨ ਜਾਂ 50 ਕੁਐਸਚਨ ਉਹ ਦੇ ਸਕਦੇ ਨੇ 5 10 ਕੁਐਸਚਨ ਪੈਡਾਗੋਜੀ ਦੇ ਆਉਂਦੇ ਨੇ ਇਸ ਲਈ ਮੈਂ ਇਹ ਦੱਸਿਆ ਸੀ ਟੋਟਲ 60 ਕੁਐਸਚਨ ਬਣਦੇ ਨੇ ਤੇ ਜੇ ਮੈਥ ਦੇ ਬੈਟਰ ਕਰ ਸਕਦੇ ਆ ਅੱਧੇ ਪਰ ਸਾਇੰਸ ਦੇ ਉਹਨਾਂ ਨੂੰ ਜ਼ਿਆਦਾ ਤਿਆਰ ਕਰਨੇ ਪੈਣਗੇ that is why ਉਹ ਸਕੂਲ ਸਬਜੈਕਟ ਵਿੱਚ ਫਿੱਟ ਘਟ ਹੁੰਦੇ ਆ ਉਹਨਾਂ ਨੂੰ ਥੋੜੀ ਜਿਹੀ ਮਿਹਨਤ ਜ਼ਿਆਦਾ ਕਰਨੀ ਪੈਗੀ ਇਹਦੇ ਲਈ ਕਿਵੇਂ ਤਿਆਰੀ ਕਰਨੀ ਹੈ ਉਹ ਅੱਗੇ ਜਾ ਕੇ ਦੱਸ ਦਿੰਨਾ ਹਾਂ ਨਾਰਮਲੀ NCERT ਦੇ ਬੁੱਕਸ ਪੜ੍ਹਣੀਆਂ ਆ ਨੇ ਕੋਈ ਅੱਛਾ ਵੈਬ ਤੁਸੀਂ ਨੈਟ ਤੇ ਜਾ ਕੇ ਦੇਖਦੇ ਹੋ ਤੇ ਉੱਥੇ ਏਜ ਦਿੱਤੀ ਗਈ ਹੈ ਕਿ 18 ਸਾਲ ਮਿਨੀਮਮ ਮੈਕਸਿਮਮ ਇੱਥੇ ਕੋਈ ਏਜ ਲਿਮਟ ਨਹੀਂ ਹੈ ਫੀਸ ਸਟਰਕਚਰ ਇਸ ਪਿੱਛੇ ਦੇਖ ਕੇ ਆਏ ਹਾਂ ਨੋਨ ਰਿਫੰਡੇਬਲ ਨੋਨ ਟ੍ਰਾਂਸਫਰੇਬਲ ਇਹ ਨਵੀਂ ਨਵਾਂ ਵਰਡ ਹੈ ਇਥੇ ਦੇਖ ਲੈਣਾ ਚਾਹੀਦਾ ਹੈ ਇਹ ਗੱਲਾਂ ਹੋ ਚੁੱਕੀਆਂ ਹਨ ਅੱਛਾ ਕੈਂਡੀਡੇਟ ਕੈਨ ਰਜਿਸਟਰ ਹਰ ਇਮੇਲ ਐਂਡ ਮੋਬਾਈਲ ਨੰਬਰ ਓਨਲੀ ਵਾਂਸ ਜੇ ਤੁਸੀਂ ਕਿਤੇ ਗੜਬੜ ਹੋ ਜਾਂਦੀ ਹੈ ਫਿਰ ਕੀ ਕਰਦੇ ਆ ਦੂਸਰੀ ਵਾਰ ਫਿਰ ਰਜਿਸਟਰ ਹੋਣ ਲੱਪ ਪੈਨੇ ਆ ਉਸੇ ਮੋਬਾਈਲ ਤੇ ਈਮੇਲ ਤੋਂ ਤੁਸੀਂ ਦੁਬਾਰਾ ਨਹੀਂ ਕਰ ਸਕਦੇ ਇੱਕ ਵਾਰ ਹੋਣਾ ਹੈ ਕਿਉਂਕਿ ਉਹ ਤੁਹਾਡੀ ਪੱਕੀ ਆਈਡੀ ਬਣ ਜਾਂਦੀ ਹੈ ਕੋਈ ਕਮਿਊਨੀਕੇਸ਼ਨ ਕਰਨਾ ਉਹਨਾਂ ਨੇ ਉਸੇ ਮੇਲ ਤੇ ਮੋਬਾਈਲ ਤੇ ਹੀ ਕਰਨਾ ਹੈ ਯੂਨੀਕ ਕ੍ਰੈਡੈਂਟ ਇਹ ਰਹੇਗੀ ਆਫਟਰ ਸਕਸੈਸਫੁਲ ਰਜਿਸਟ੍ਰੇਸ਼ਨ ਕੈਂਡੀਡੇਟ ਸ਼ਲ ਲੌਗ ਇਨ ਯੂਜ਼ਿੰਗ ਈਮੇਲ ਆਈਡੀ ਐਂਡ ਪ੍ਰੋਸੀਡ ਟੂ ਨੈਕਸਟ ਸਟੈਪ ਫਿਲਿੰਗ ਬੇਸਿਕ ਡਿਟੇਲ ਅਪਲੋਡ ਫੋਟੋ ਸਿਗਨੇਚਰ ਫਿਲ ਅਕੈਡੈਮਿਕ ਡਿਟੇਲ ਫਿਲ ਟੈਸਟ ਡਿਟੇਲ ਕੈਂਡੀਡੇਟ ਪ੍ਰੀਵਿਊ पे फीस स्टेप्स होंगे इस द वखरे तो वीडियो हो जाएगा कैंडिडेट मस्ट गिव हिज हर ओन ईमेल आईडी एंड मोबाइल नंबर दीज विल बी यूज़ फॉर फ्यूचर कॉरेस्पोंडेंस ठीक है कैंडिडेट कैन अप्लाई वन कैटेगरी फॉर एग्जांपल एक्स सर्विसमैन है उस उधरों एससी या टी है uh, फिर uh, तू तो एक कैटेगरी मतलब दोवे चो चूज़ करनी पेगी दो नहीं कर सकते क्लेम कैंडीडेट uh, में अपलाई फॉर बोथ पेपर वन टू सब्जैक्ट फुलफिलमेंट एजुकेशनल क्वालफिकेश एलिजिबिलिटी क्राइटेरिया एज प्रिसक्राइब बाय एन सी टी फ्रॉम टाइम टू टाइम हूँ इतने कन्फ्यूजन क्रिएट कर दीती ना वो मैं गल् पिछे दस आया हाँ फॉ फॉर पेपर इज कंप्लीट ओनली आफ्ट सक्सैसफुल फीस पेमेंट लास्ट स्टैप होएगा उदो सक्सैसफुल मनिया गा. candidate should اچھا ਉਥੇ ਡਿਸਟਰਬ ਨਹੀਂ ਹੋਣਾ ਮੇਰਾ ਮੈਸੇਜ ਨਹੀਂ ਆਇਆ ਕਈ ਵਾਰ ਮੈਸੇਜ ਲੇਟ ਆਂਦਾ ਹੈ ਚਲੋ ਜਦੋਂ ਫਾਰਮ ਭਰਾਂਗੇ ਉਦੋਂ ਦੱਸ ਦਾਂਗੇ candidate should satisfy his her eligibility before uh, applying and shall be personally responsible in case for not eligible to apply ਦੇਖੋ ਘਬਰਾਣਾ ਨਹੀਂ ਹੈ ਡਰਨਾ ਨਹੀਂ ਹੈ ਤੁਸੀਂ ਫਸਟ ਸੈਮ ਦੇ ਹੋ ਫਿਰ ਵੀ ਘਬਰਾਣਾ ਨਹੀਂ ਹੈ ਡੀਐਲਐਡ ਦੇ ਹੋ ਇੰਟੀਗ੍ਰੇਟਿਡ ਦੇ ਹੋ 2 ਸਾਲ ਦੀ ਬੀਐਡ ਦੇ ਹੋ ਨਹੀਂ ਘਬਰਾਣਾ ਤੁਸੀਂ ਅਪੀਅਰ ਹੋ ਸਕਦੇ ਹੋ ਮੈਂ ਅੱਗੇ ਜਾ ਕੇ ਸੁਪਰੀਮ ਕੋਰਟ ਦਾ ਉਹ ਦਿਖਾ ਦਿਨਾ ਹਾਂ ਤੁਹਾਨੂੰ and that is why मैं कहूंगा कि मस्ट देना है जरूर देना है कारण वो दे दसांगा अच्छा लैंग्वेज ऑफ क्वेश्चन पेपर शुड बी बायलिंगुअल इथे दस्यानी है पंजाबी ते इंग्लिश ਹੋਏਗੀ वैलिडिटी ਕਿੰਨੇ ਜੇ ਤੁਸੀਂ ਪਾਸ ਹੋ ਜਾਂਦੇ ਹੋ ਕਿੰਨੇ ਚਿਰ ਲਈ ਤੁਹਾਡਾ ਪੀਐਸ ਟੈਟ ਹੋਏਗਾ ਲਾਈਫ ਟਾਈਮ ਲਈ ਇਥੇ ਲਿਖਿਆ ਹੋਇਆ ਹੈ ਕੈਂਡੀਡੇਟ ਮਸਟ ਫਿਲ ਡਿਟੇਲ ਵੈਰੀ ਕੇਅਰਫੁਲੀ ਡਿਟੇਲ ਆਫ ਫਾਊਂਡ ਇਨਕੋਰेक्ट ਕੈਂਡੀਡੇਟ ਹੈ ਨਾ ਡਰਨਾ ਨਹੀਂ ਹੈ ਕਰੈਕਸ਼ਨ ਲਈ ਟਾਈਮ ਦੇਣਗੇ ਸੋ ਡਰਨਾ ਨਹੀਂ ਹੈ acha structure dekhna hai to wo dekh sakte hain waise ye waliyan galla aage jaake kar langenge toda ps tet 1 ਪੇਪਰ ਜਿਹੜਾ ਹੈ ਇਹ ਪੇਪਰ ਜਿਨ੍ਹਾਂ ਨੇ 6ਵੀਂ ਕਲਾਸ ਤੱਕ ਲਈ एलिਜੀਬਲ ਹੋਣਾ ਹੈ ਸੌਰੀ 5ਵੀਂ ਕਲਾਸ ਤੱਕ ਲਈ ਪਹਿਲੀ ਤੋਂ 5ਵੀਂ ਤੱਕ ਲਈ ਹੈ ਨਾ ਉਹ ਡੀਐਲਐਡ ਵਾਲੇ ਜਾਂ ਈਟੀਟੀ ਵਾਲੇ ਮੋਸਟਲੀ ਹੋਣਗੇ ਐ ਐਕਸੈਪਸ਼ਨਲ ਬਾਅਦ ਚ ਡਿਸਕਸ ਕਰਦੇ ਹਾਂ ਪੰਜ ਪੇਪਰ ਦੇਣੇ ਆ CDPE ਨੂੰ ਕਹਿੰਦੇ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਜਿਹਦੇ ਵਿੱਚ ਸਾਈਕੋਲੋਜੀਕਲ ਪ੍ਰਿੰਸੀਪਲਸ ਥਿਉਰੀਜ਼ ਮੋਸਟਲੀ ਡਿਸਕਸ ਹੁੰਦੀਆਂ ਹਨ ਔਰ ਪੈਡਾਗੋਜੀ ਟੀਚਿੰਗ ਤੇ ਕਿਵੇਂ ਅਪਲਾਈ ਕਰਨੀਆਂ ਹਨ 30 ਕੁਐਸਚਨ ਇਹਦੇ ਹੋਣਗੇ ਲੈਂਗੁਏਜ 1 ਨਾਰਮਲੀ ਇਹ ਲੈਂਗੁਏਜ ਜਿਹੜੀ ਹੈ ਪੰਜਾਬੀ ਹੋਏਗੀ ਦੂਸਰੀ ਇੰਗਲਿਸ਼ ਹੋਏਗੀ ਹਿੰਦੀ ਦੀ ਆਪਸ਼ਨ ਨਹੀਂ ਹੁੰਦੀ 30 30 ਕੁਐਸਚਨ ਇਹਦੇ ਹੋਣਗੇ ਇਹਦੇ ਵਿੱਚ ਦੋ ਪੈਰਾਗ੍ਰਾਫ ਹੁੰਦੇ ਨੇ ਬਾਕੀ ਪੈਡਾਗੋਜੀ ਦੇ ਕੁਐਸਚਨ ਹੁੰਦੇ ਨੇ ਸਿਲੇਬਸ ਦਾ ਵੀਡੀਓ ਵੱਖਰਾ ਬਣਾਵਾਂਗੇ ਉਹਦੇ ਵਿੱਚ ਜਾ ਕੇ ਡਿਸਕਸ ਕਰ ਲਾਂਗੇ ਮੈਥਮੈਟਿਕਸ ਹਾਂ ਮੈਥਸ ਦੇ 5ਵੀਂ ਤੱਕ ਦੇ ਮੈਥਸ ਦੇ ਕੁਐਸਚਨ ਪੁੱਛੇ ਜਾਂਦੇ ਨੇ ਐਂਡ এনवायरमेंटल ਸਟਡੀ 30 30 ਕੁਐਸਚਨ ਹੋਣਗੇ ਟੋਟਲ ਜਿਹੜੇ ਹੈ 1 50 ਐਮਸੀਕਿਊ 150 ਮਾਰਕਸ ਅਲੇ ਜਿਹੜਾ ਪਾਸ ਮਾਰਕਸ ਹੈ ਨਾਰਮਲੀ 60% 90 ਜਨਰਲ ਕੈਟਾਗਰੀ ਲਈ 82 ਰਿਜ਼ਰਵ ਕੈਟਾਗਰੀ ਹੁੰਦੀ ਹੈ ਅੱਛਾ ਪੇਪਰ 2 ਲਈ ਜਿਹੜੇ ਨੇ ਉਹ ਜਿਹੜੇ 60 ਕੁਐਸਚਨ ਸਿਰਫ ਵੱਖਰੇ ਹੋ ਜਾਣੇ ਆ ਆ ਵਾਲੇ ਇਹ ਇਹ ਜਿਹੜੇ ਕੀਤੇ ਸੀਗੇ ਮੈਥ ਐਨਵਾਇਰਨਮੈਂਟ ਸਟਡੀ ਸੀ ਨਾ ਇੱਥੇ ਉਹ ਵੱਖਰੇ ਹੋ ਜਾਣੇ ਪਹਿਲਾਂ ਸੀਡੀਪੀ ਹੈ ਜਿਵੇਂ ਉੱਤੇ ਗੱਲ ਕੀਤੀ ਹੈ ਕੰਪਲਸਰੀ ਸਾਰਿਆਂ ਲਈ ਹੈ ਲੈਂਗੁਏਜ 1 ਲੈਂਗੁਏਜ 2 ਉਹ ਪੰਜਾਬੀ ਇੰਗਲਿਸ਼ ਹੋਏਗੀ ਔਰ ਫਿਰ ਜਿਹੜੀ ਸਟਰੀਮ ਜਿਹਦੇ ਟੀਚਰ ਬਣਨਾ ਹੈ ਤੁਸੀਂ ਮੈਥ ਸਾਇੰਸ ਦੇ ਬਣਨਾ ਹੈ ਉਹਦੇ 60 ਕੁਐਸਚਨ ਹੋਣਗੇ ਸੋਸ਼ਲ ਸਟਡੀ ਦੇ ਬਣਨਾ ਉਹਦੇ 60 ਕੁਐਸਚਨ ਹੋਣਗੇ ਆ ਆਰਟ ਐਂਡ ਕ્રાਫਟ ਉਹਦੇ 60 ਕੁਐਸਚਨ ਜਿਹੜੀ ਚੂਸ ਕਰੋਗੇ ਤੁਸੀਂ ਇਸ ਗੱਲਾਂ ਪਿੱਛੇ ਕਰਾਏ ਆਂ ਆ ਇਹਦੇ ਬਾਰੇ ਕੁਐਸਚਨ ਹੋਣਗੇ ਤੁਸੀਂ ਪੁੱਛ ਸਕਦੇ ਹੋ ਆ ਇਹ ਮੇਰੇ ਖਿਆਲ ਇੱਥੇ ਹੈ ਖਤਮ अच्छा सिलेबस ਮੇਰੇ ਖਲ ਨਹੀਂ ਕਰਦੇ ਵੱਖਰੇ ਤੌਰ ਤੇ ਬਾਅਦ ਵਿੱਚ ਕਰ ਲੈਣੇ ਹਾਂ ਸਿਲੇਬਸ ਦਾ ਅਗਲੀ ਸਲਾ ਹੈ ਫਾਈਲ ਹੈ ਇਨਸਟਰਕਸ਼ਨ ਫॉर ਕੈਂਡੀਡੇਟ ਹੈ ਉਹ ਉਹ ਵਾਲੀਆਂ ਜਦੋਂ ਤੁਸੀਂ ਐਗਜ਼ਾਮ ਸੈਂਟਰ ਚ ਜਾਣਾ ਹੈ ਉਸ ਦਾ ਵੱਖਰਾ ਵੀਡੀਓ ਆ ਜਾਏਗਾ ਇਸ ਤੋਂ ਇਲਾਵਾ ਤੁਹਾਨੂੰ ਕੀ ਜ਼ਰੂਰ ਕਰਨਾ ਚਾਹੀਦਾ ਹੈ ਉਹ ਇਹ ਹੈ ਕਿ ਤੁਹਾਨੂੰ ਜਿਹੜੇ ਬੀਐਡ ਸੈਮ ਵਾਲੇ ਜਿਹੜੇ ਹੈ ਜਾਂ ਆ ਬੀਐਡ ਸੈਮ ਕੀ ਇਥੇ ਬੀਐਡ ਲਿਖਣਾ ਹੀ ਨਹੀਂ ਚਾਹੀਦਾ ਆ ਈਟੀਟੀ ਜਾਂ ਡੀਐਲਐਡ ਵੀ ਲਿਖਦੇ ਚਲੋ ਕੁਝ ਵੀ ਨਹੀਂ ਲਿਖਦੇ ਟੀਚਰ ਟ੍ਰੇਨਿੰਗ ਟੀਚਰ ਟ੍ਰੇਨਿੰਗ ਕੋਰਸ ਕਿਉਂਕਿ ਸੁਪਰੀਮ ਕੋਰਟ ਦੇ ਜਿਹੜਾ ਨੋਟਿਸ ਹੈ ਉਹਦੇ ਵਿੱਚ ਇਹ ਸ਼ਬਦ ਵਰਤੇ ਗਏ ਹੈ ਟੀਚਰ ਟ੍ਰੇਨਿੰਗ ਕੋਰਸ ਕੋਈ ਵੀ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਅਪੀਅਰਿੰਗ ਕੈਂਡੀਡੇਟ ਹੋ ਫਰਸਟ ਸੈਮ ਫਰਸਟ ਦੇ ਉਹ ਸੈਮ ਫਰਸਟ ਦੇ ਹੋ ਐਡਮਿਸ਼ਨ ਹਜੇ ਹੋਈ ਹੈ ਹਨਾ ਹਾਂ ਜੇ 2 ਦਿਨਾਂ ਤੱਕ ਕਿਸੇ ਦੀ ਹੋ ਵੀ ਰਹੀ ਹੈ ਉਹ ਵੀ ਫਿਲ ਕਰ ਸਕਦਾ ਹੈ 3 ਦਿਨਾਂ ਤੱਕ 4 ਦਿਨਾਂ ਉਹ ਵੀ ਫਿਲ ਕਰ ਸਕਦਾ ਹੈ ਵਿੱਚ ਜਕੋਗੇ ਉਸ ਲਈ ਪ੍ਰੂਫ ਦੇ ਦਿਨਾ ਹ ਇੱਥੇ ਜਾ ਕੇ ਇੱਥੇ ਆਏਗਾ ਪਰਸੂਇੰਗ ਏ ਸੁਪਰੀਮ ਕੋਰਟ ਦਾ ਨੋਟਿਸ ਹੈ ਮੈਂ ਇੱਥੇ ਕੋਈ ਨਹੀਂ ਰੀਡ ਕਰਾਂਗਾ ਇੱਥੇ ਦੋ ਤਿੰਨ ਵੀਡੀਓ ਪਾ ਚੁੱਕਾ ਹਾਂ ਆਲਰੇਡੀ 2001 2 ਦਾ 48 2022 ਦਾ ਹਨਾ ਇਹਦੇ ਵਿੱਚ ਅਪੀਲ ਕੇਸ ਜਿਹੜਾ ਸੁਪਰੀਮ ਕੋਰਟ 'ਚ ਹੋਇਆ ਹੈ ਉਸ ਦਾ ਬਾਅਦ 'ਚ ਕਨਕਲੂਜਨ ਦੱਸਿਆ ਹੈ ਕਿ ਐਨਸੀਆਰਟੀ ਐਨਸੀਟੀਈ ਇਹਦੇ ਇਨ 뷰 ਅਬੋਵ ਕਲੈਰੀਫਾਈਡ ਫੇਅਰ ਰੀਡਿੰਗ ਕਲੋਜ਼ 1 ਐਨਸੀਟੀ ਗਾਈਡਲਾਈਨ ਪਰਸਨ ਹੂ ਹੈਵ ਬੀਨ ਐਡਮਿਟਿਡ ਇਨ ਟਟੀਸੀ ਟੀਚਰ ਟ੍ਰੇਨਿੰਗ ਕੋਰਸ ਬੀਐਡ ਈਟੀਟੀ ਇੰਟੀਗ੍ਰੇਟਿਡ ਐਂਡ ਇਜ਼ ਪਰਸੂਇੰਗ ਹੀ ਸ਼ੀ ਆਰ ਐਲੀਜੀਬਲ ਫਾਰ ਅਪੀਅਰਿੰਗ ਇਨ ਟੈਟ ਐਗਜ਼ਾਮੀਨੇਸ਼ਨ ਇਫ ਅਦਰਵਾਈਜ਼ ਐਲੀਜੀਬਲ ਐਜ਼ ਪਰ ਐਕਸਟੈਂਡ ਗਾਈਡਲਾਈਨ ਆਫ ਟੈਟ ਸਰਕੂਲੇਟਿਡ 11 2000 ओके सो ओ 2 11 2 2011 ਨੂੰ ਜਿਹੜੀਆਂ ਗਾਈਡਲਾਈਨ ਨੇ ਉਹਦੇ ਵਿੱਚ ਐਕਸਟੈਂਡਡ ਕੀਤੀ ਗਈ ਹੈ ਕਿ ਜਿਹੜਾ ਕੋਈ ਕੈਂਡੀਡੇਟ ਅਪੀਅਰ ਕਿਸੇ ਵੀ ਟੀਚਰ ਟ੍ਰੇਨਿੰਗ ਕੋਰਸ ਵਿੱਚ ਹੈ ਤੇ ਉਹ ਟੈਟ ਲਈ ਅਪਲਾਈ ਕਰ ਸਕਦਾ ਹੈ ਸੋ ਅ ਅੱਗੇ ਹੈ ਕਿ ਤੁਸੀਂ ਤੁਹਾਨੂੰ ਜ਼ਰੂਰ ਪੜਨਾ ਚਾਹੀਦਾ ਹੈ ਉਸ ਲਈ ਇਹ ਮੈਂ ਜ਼ਰੂਰ ਗੱਲ ਕਹਾਵਾਂਗਾ ਕਾਰਨ ਇਹ ਹੈ ਕਿ ਪੀਐਸਟੈਟ ਉਹਨਾਂ ਲਈ ਜ਼ਰੂਰੀ ਹੈ ਜਿਹੜੇ ਪੰਜਾਬ ਸਟੇਟ ਵਿੱਚ ਗਵਰਨਮੈਂਟ ਜੌਬ ਹਾਸਲ ਕਰਨਾ ਚਾਹੁੰਦੇ ਨੇ ਸੋ ਪੰਜਾਬ ਗਵਰਨਮੈਂਟ ਆਪਣੇ VOTING ਮੁੱਦਿਆਂ ਦੇ ਵਿੱਚ ਉਹਨੇ ਮੈਡੀਕਲ ਹੈਲਥ ਤੇ ਐਜੂਕੇਸ਼ਨ ਨੂੰ ਅੱਗੇ ਰੱਖਿਆ ਹੈ ਅਮੀਰ ਕੀਤੀ ਜਾਂਦੀ ਹੈ ਕਿ ਪੋਸਟਾਂ ਆਣ ਗਿਆ ਰੋਲਾ ਹੈ ਵੀ ਇਸ ਦੇ ਬਾਅਦ ਦੇਖੋ ਪੰਚਾਇਤੀ ਚੋਣਾਂ ਹੋਈਆਂ ਉਸ ਤੋਂ ਬਾਅਦ ਇਹ ਇੱਕਦਮ ਆ ਗਿਆ ਹੈ ਸੋ ਉਮੀਦ ਰੱਖਦੇ ਹੋਏ ਇਹ ਜ਼ਰੂਰੀ ਹੈ ਜੇ ਤੁਸੀਂ ਪੀਐਸਟੈਟ ਭਰਦੇ ਹੋ ਤੇ ਜਿਹੜੇ ਨਹੀਂ ਪਰਦੇ ਕਿ ਹਜੇ ਤਾਂ ਮੈਂ ਫਰਸਟ ਸੈਮ ਵਿੱਚ ਹਾਂ ਹੋ ਸਕਦਾ ਹੈ 1 ਸਾਲ 2 ਸਾਲ ਬਾਅਦ ਹੋਵੇ ਕਈ ਵਾਰ 2 ਸਾਲ ਬਾਅਦ ਵੀ ਹੋਇਆ ਹੈ ਤੇ ਉਹਦੇ ਵਿੱਚਕਾਰ ਲਾਸਟ ਦੇ ਪੋਸਟ ਆ ਜਾਂਦੀਆਂ ਨੇ ਤੁਸੀਂ ਅੱਛੇ ਮਾਰਕਸ ਵੀ ਲੈ ਲੈਂਦੇ ਹੋ ਸਭ ਕੁਝ ਤਿਆਰੀ ਭਾਵੇਂ ਸਿਲੈਕਸ਼ਨ ਟੈਸਟ ਦੀ ਕਰੀ ਜਾਂਦੇ ਹੋ ਲੇਕਿਨ ਪੀਐਸ ਟੈਟ ਨਹੀਂ ਹੈ ਸੋ ਰੋਂਗ ਦੂਸਰਾ ਕਿ ਜ਼ਰੂਰੀ ਨਹੀਂ ਹੈ ਕਿ ਪਹਿਲੀ ਵਾਰ ਚ ਤੁਹਾਡਾ ਕਲੀਅਰ ਸਬ ਦਾ ਕਲੀਅਰ ਹੋ ਜਾਵੇ ਇਸ ਲਈ ਅਗਲਾ ਚਾਂਸ ਕਿਉਂ ਦੇਖਣਾ ਇਸ ਚਾਂਸ ਲੈ ਲੈਣਾ ਚਾਹੀਦਾ ਹੈ ਕਿਉਂਕਿ ਇਹਦੇ ਵਿੱਚ ਲਰਨਿੰਗ ਹੋਏਗੀ ਥੋੜੀ ਬਹੁਤੀ ਤਿਆਰੀ ਕਰੋਗੇ ਬੇਸ਼ੱਕ ਪੀਡ ਕੋਰਸ ਕਰੋ ਬੇਸ਼ੱਕ ਉਤੋਂ ਬਿਨਾ ਕਰੋ ਐਨਸੀਆਰਟੀ ਖੁਦ ਪਰੋ ਪ੍ਰੀਵੀਅਸ ਈਅਰ ਦੇ ਪੇਪਰ ਪੜੋ ਮੈਂ ਅੱਗੇ ਜਾ ਕੇ ਦੱਸ ਦੇਣਾ ਕਿਵੇਂ ਤਿਆਰੀ ਕਰਨੀ ਹੈ ਸੋ ਹਰ ਹਾਲਤ ਵਿੱਚ ਤੁਹਾਨੂੰ ਪੀਐਸਟੈਟ ਜਿਹੜਾ ਹੈ ਅਪੀਅਰ ਹੋਣਾ ਚਾਹੀਦਾ ਹੈ ਮਤਲਬ ਹਰ ਹਾਲਤ ਵਿੱਚ ਹਰ ਹਾਲਤ ਜੇ ਕਮਨਟ ਜੌਬ ਚ ਜਾਣਾ ਨਹੀਂ ਚਾਹੁੰਦੇ ਹਨਾ ਈਵਨ ਹੁਣ ਤਾਂ ਪ੍ਰਾਈਵੇਟ ਵਾਲੇ ਵੀ ਮੰਗਦੇ ਨੇ ਲੇਕਿਨ ਹਜੇ ਪ੍ਰੈਸ਼ਰ ਇੰਨਾ ਨਹੀਂ ਹੈ ਐਨਸੀਟੀ ਸੌਰੀ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਮੁਤਾਬਕ ਤਾਂ ਚਾਰ ਲੈਵਲ ਦੇ ਜੋ ਕਿ ਸਕੂਲ ਐਜੂਕੇਸ਼ਨ ਨੂੰ ਚਾਰ ਗੰਝਵਰਨ ਦਿੱਤਾ ਗਿਆ ਹੈ ਚਾਰ ਲੈਵਲ ਦੇ ਟੈਟ ਕਰਵਾਏ ਜਾਣ ਲਈ ਰეკਮੈਂਡੇਸ਼ਨ ਹੈ ਸੋ ਇਸ ਲਈ ਪਾਵੇਂ ਤੁਸੀਂ ਬੀਕੋਮ ਦੇ ਹੋ ਬੀ ਬੀਟੈਕ ਦੇ ਹੋ ਹਨਾ TGT ਸਬਜੈਕਟਲੀ एलिजिबल ਬਣਦੇ ਹੋ ਤਾਂ ਤੁਹਾਨੂੰ PS TET ਜ਼ਰੂਰ ਪੜ੍ਹਨਾ ਚਾਹੀਦਾ ਹੈ ਜੇ ਪੁੱਛਿਆ ਜਾਵੇ CTET ਤੇ PTET ਚੋ ਕਿਹੜਾ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸੈਂਟਰ ਦੀ ਜੌਬ ਹਮੇਸ਼ਾ ਦੂਰ ਹੁੰਦੀ ਹੈ ਨੇੜੇ ਨਹੀਂ ਹੁੰਦੀ ਜੇ ਨੇੜੇ ਹੁੰਦੀ ਹੈ ਤਾਂ CTET ਤੁਹਾਡੇ ਲਈ ਲਾਹੇਵੰਦ ਹੈ ਪਰ ਕਿਉਂਕਿ ਜਿਹੜੇ ਸਟੇਟ ਗਵਰਨਮੈਂਟ ਹੈ ਉਸ ਤੁਸੀਂ ਆਪਣੇ ਰੈਜ਼ੀਡੈਂਸ ਏਰੀਆ ਦੇ ਨਜ਼ਦੀਕ ਜਾਂ ਡਿਸਟ੍ਰਿਕਟ ਵਿੱਚ ਜੌਬ ਹਾਸਲ ਕਰ ਸਕਣ ਦੀ ਉਮੀਦ ਰੱਖ ਸਕਦੇ ਹੋ ਇਸ ਲਈ PS TET ਜ਼ਿਆਦਾ ਇੰਪੋਰਟੈਂਟ ਹੈ CTET 체미ਨੇ ਬਾਦ ਹੁੰਦਾ ਹੈ ਮੈਂ ਇਹ ਨਹੀਂ ਕਹਣਾ ਉਹ ਨਹੀਂ ਪਰੋ ਜ਼ਰੂਰ ਪਰੋ ਹਾਂ ਦੂਜੀ ਗੱਲ ਪੀਐਸ ਟੈਟ ਤੇ ਸੀ ਟੈਟ ਨੂੰ ਔਖਾ ਸੌਖਾ ਦੇਖਣਾ ਹੈ ਤਾਂ ਸੀ ਟੈਟ ਇੰਨੀ ਵਾਰ ਹੋ ਗਿਆ ਹੈ ਕੁਐਸਚਨ ਉਹੀ ਰਿਪੀਟ ਲਗਭਗ ਹੋ ਜਾਂਦੇ ਨੇ ਇਸਨੇ ਉਹਨੂੰ ਸੌਖਾ ਕਿਹਾ ਜਾ ਸਕਦਾ ਹੈ ਲੇਕਿਨ ਪੀਐਸ ਟੈਟ ਦੇ ਕੁਐਸਚਨ ਨਾਰਮਲੀ ਕਈ ਵਾਰੀ ਬਾਹਰ ਹੋ ਜਾਂਦਾ ਇੰਟੈਲੀਜੈਂਸ ਦੀਆਂ ਥਿਉਰੀਜ਼ ਲਰਨਿੰਗ ਥਿਉਰੀ ਸਕਿਨਰ ਬਿਹੇਵੀਅਰਿਜ਼ਮ ਹੈਨਾ ਉਹ ਸਿੱਧੀਆਂ ਸਿਲੇਬਸ 'ਚ ਨਹੀਂ ਹਨ ਲੇਕਿਨ ਉਹ ਪੁੱਛ ਲਈਆਂ ਜਾਂਦੀਆਂ ਹਨ ਸੋ ਉਹ ਥੋੜਾ ਜ਼ਿਆਦਾ ਪੜ੍ਹਨਾ ਪੈ ਸਕਦਾ ਹੈ ਸੋ ਦੈਟ ਇਜ਼ ਵਾਈ ਪੀਐਸੈਟ ਪੜਨਾ ਜ਼ਰੂਰ ਚਾਹੀਦਾ ਹੈ ਤਿਆਰੀ ਕਿਵੇਂ ਕਰਨੀ ਹੈ ਜਿਹੜੇ ਸੈਮ 1 ਵਾਲੇ ਵਿਦਿਆਰਥੀ ਨੇ ਉਹਨਾਂ ਨੂੰ ਤਾਂ ਦੇਖੋ ਜੇ ਤਾਂ ਖਰਚਾ ਕਰਨਾ ਹੈ ਕੋਈ ਵੀ ਕੋਰਸ ਕੀਤਾ ਵੀ ਲੈ ਸਕਦੇ ਹੋ ਜਿੱਥੇ ਤੁਹਾਨੂੰ ਠੀਕ ਲੱਗਦਾ ਹੈ ਅ ਲੇਕਿਨ ਸਾਡੀ ਵੀ ਕੋਸ਼ਿਸ਼ ਹੈ ਕਿ ਅਸੀਂ ਟੀਮ ਜਿਹੜੀ ਹੈ ਉਹ ਲਰਨ ਟੂ ਐਕਚੁਅਲਾਈਜ਼ ਵੱਲੋਂ ਕੋਰਸ ਲਾਈਏ ਇਹ ਇੱਕ ਜਿਹੜਾ ਮਿਨੀਮਮ ਹੈ ਤੁਸੀਂ ਪਿਛਲੇ ਸਾਲ ਦੇ ਕੁਐਸਚਨ ਜੇ ਕੁਝ ਨਹੀਂ ਕਰਨਾ ਪਿਛਲੇ ਸਾਲ ਦੇ ਪੇਪਰ ਇਹ ਉਹਨਾਂ ਨੂੰ ਸੋਲਵ ਕਰੋ ਦੋ ਚਾਰ ਸੌ ਦੀ ਕਿਤਾਬ ਜਿਹੜੇ ਪਿਛਲੇ ਪੇਪਰ ਪ੍ਰਿੰਟ ਮਿਲ ਜਾਣਗੇ ਲੇਕਿਨ ਸਾਡੇ ਲਰਨ ਟੂ ਐਕਚੁਅਲਾਈਜ਼ ਵੱਲੋਂ ਉਹੀ ਤੁਹਾਨੂੰ ਜੋ 4 ਗੁਣਾ 6 ਸਸਤਾ 3 ਗੁਣਾ ਸਸਤਾ ਕੋਰਸ ਤੁਹਾਨੂੰ ਮਿਲ ਜਾਏਗਾ ਜਿਹੜਾ ਲਰਨਿੰਗ ਮੈਨੇਜਮੈਂਟ ਸਿਸਟਮ ਤੇ ਹੋਏਗਾ ਸਾਰੇ 2011 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪੇਪਰ ਪੇਪਰ 1 ਪੇਪਰ 2 ਸਾਰੇ ਪੇਪਰ एलिਜੀਬਲ ਹੋਣਗੇ ਔਰ ਉਹਦੇ ਵਿੱਚ ਤੁਸੀਂ ਜਸਟ ਤੁਹਾਡੇ ਸਾਹਮਣੇ ਕੁਐਸਚਨ ਡਿਸਪਲੇ ਹੁੰਦਾ ਹੈ ਤੁਸੀਂ ਚੂਜ਼ ਰਾਈਟ ਆਨਸਰ ਕਰਦੇ ਹੋ ਇਮੀਡੀਏਟ ਫੀਡਬੈਕ ਮਿਲਦੀ ਹੈ ਇਹ ਫਾਇਦਾ ਹੈ ਬੁੱਕ ਦਾ ਉਹਨਾਂ ਫਾਇਦਾ ਨਹੀਂ ਹੁੰਦਾ ਕਿ ਹਰ ਜਗ੍ਹਾ ਬਲਕਿਨੇ ਚੱਕੀ ਫਿਰ ਸਕਦੇ ਤੁਸੀਂ ਤੁਸੀਂ ਆਪਣਾ ਮੋਬਾਈਲ ਹਰ ਵਕਤ ਤੁਹਾਡੇ ਕੋਲ ਹੁੰਦਾ ਹੈ ਤੋ ਵੀ 8-10 ਕੁਐਸਚਨ ਤੁਸੀਂ ਸੋਲਵ ਕਰ ਸਕਦੇ ਹੋ ਸੋ ਉਹ ਦੂਸਰਾ ਇਹ ਸਸਤਾ ਹੋਏਗਾ ਤੀਸਰਾ ਹੈ ਇਮੀਡੀਏਟ ਫੀਡਬੈਕ ਮਿਲਦੀ ਹੈ ਉਹ ਅਸੀਂ ਇੱਕ ਦੇ ਦਿਨ ਵਿੱਚ ਉਹਦਾ ਵੀਡੀਓ ਪਾ ਦਿੰਨੇ ਹਾਂ ਲਿੰਕ ਪਾ ਦਿੰਨੇ ਹਾਂ ਕਿਸ ਤਰ੍ਹਾਂ ਕੋਰਸ ਖਰੀਦਣਾ ਹੈ ਦੂਸਰਾ ਕੋਰਸ ਹੋ ਸਕਦਾ ਹੈ ਕਿ ਵੱਖ-ਵੱਖ ਜਿਹੜੇ ਸਬਜੈਕਟ ਹੈ ਉਹਨਾਂ ਦੇ ਕੋਰਸ ਚੱਲਣ ਉਹ ਆਨਲਾਈਨ ਕਲਾਸਿਸ ਲੱਗਣਗੀਆਂ ਨੈਚੁਰਲੀ ਹੈ ਤੁਸੀਂ ਕੰਪੇਅਰ ਦੂਸਰੇ ਨਾਲ ਕਰ ਸਕਦੇ ਹੋ ਉਹਦੀ ਫੀਸ ਵੱਖਿਆਂ ਨਾਲੋਂ ਸਭ ਤੋਂ ਘੱਟ ਹੋਏਗੀ ਜੇ ਮੈਂ ਇਹ ਰეკਮੈਂਡ ਕਰਦਾ ਹਾਂ ਜਿਹੜੇ ਸੈਮ 1 ਵਾਲੇ ਹੈ ਜੇ ਉਹ ਕੁਐਸਚਨ ਪੁੱਛਦੇ ਹਨ ਜੇ ਕੁਝ ਵੀ ਨਹੀਂ ਕਰਨਾ ਤੁਸੀਂ ਉਹ ਜਿਹੜਾ 100 150 ਵਾਲਾ ਇੰਨਕ ਦਾ ਸੀ ਉਹ ਰੱਖਾਂਗੇ ਜਿਹੜਾ ਪਿਛਲੇ ਸਾਲ ਦੇ ਸਾਰੇ ਕੁਐਸਚਨ ਤੁਸੀਂ ਸੋਲਵ ਕਰ ਸਕਦੇ ਹਾਂ ਉਹ ਤੁਸੀਂ ਸੋਲਵ ਕਰਕੇ ਪੇਪਰ ਮਿਨਿਮਮ ਜ਼ਰੂਰ ਦਿਓ 50 60 50 ਦਿਨ ਸਾਡੇ ਕੋਲ ਹਨ ਜੇ ਜ਼ਿਆਦਾ ਤਿਆਰੀ ਜ਼ਰੂਰ ਮਿਹਨਤ ਨਾਲ ਕਰਨਾ ਚਾਹੁੰਦੇ ਹੋ ਆਨਲਾਈਨ ਕਲਾਸਾਂ ਜੁਆਇਨ ਕਰ ਸਕਦੇ ਹੋ ਕਿਸੇ ਵੀ ਕੁਆਰੀ ਲਈ ਲਰਨ ਟੂ ਐਕਚੁਅਲਾਈਜ਼ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ ਥੈਂਕ ਯੂ ਡਾਕਟਰ ਤੀਰਤ ਸਿੰਘ ਲਰਨ ਟੂ ਐਕਚੁਅਲਾਈਜ਼